ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਗੁਰਜੋਤ ਸਿੰਘ, ਮੇਰੀ ਮੰਮਾ ਸਰਬਜੀਤ ਕੌਰ, ਤੁਹਾਡਾ ਸਭ ਦਾ ਸਵਾਗਤ ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਸਰਬਜੀਤ ਕੌਰ, ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ, ਜਿਸ ਵਿੱਚ ਅੱਜ ਮੈਂ ਪਰਵਲ ਸਿਖਾ ਰਹੀ ਹਾਂ ਬਿਲਕੁਲ ਅਲੱਗ ਤਰੀਕੇ ਨਾਲ ਅਤੇ ਈਜ਼ੀ ਵੇ ਨਾਲ। ਅਤੇ ਆਹ ਵੇਖੀਏ ਮੈਂ ਪਰਵਲ ਕਿਸ ਤਰ੍ਹਾਂ ਬਣਾਵਾਂਗੀ। ਪਰਵਲ ਇਹੋ ਜਿਹੇ ਹੁੰਦੇ ਨੇ ਜਿਹੜੇ ਰੇਹੜੀਆਂ ਵਾਲੇ ਨਾ, ਉਹ ਚਿੱਬੜਾਂ ਨੂੰ ਵੀ ਪਰਵਲ ਕਹਿ ਕੇ ਵੇਚੀ ਜਾਂਦੇ ਨੇ। ਪਰ ਚਿੱਬੜ ਦੀ ਚਟਨੀ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ। ਚਿੱਬੜ ਦੀ ਚਟਨੀ ਜੋ ਘਰ ਵਿੱਚ ਬਣਾਈ ਦੀ ਬਹੁਤ ਸਵਾਦ ਲੱਗਦੀ ਹੈ, ਅਮਰੂਦ ਦੀ ਚਟਨੀ ਵੀ ਬਹੁਤ ਸਵਾਦ ਲੱਗਦੀ ਹੈ। ਉਹ ਚਟਨੀ ਦੋਵੇਂ ਵੀ ਪਾਵਾਂਗੇ। ਅਤੇ ਪਰਵਲ ਇਸ ਤਰ੍ਹਾਂ ਦਾ ਹੁੰਦਾ, ਉਹ ਚਿੱਬੜ ਛੋਟੇ ਛੋਟੇ ਨਾ ਲੈਣਾ, ਉਹ ਚਿੱਬੜ ਹੁੰਦੇ ਨੇ, ਠੀਕ ਹੈ। ਇਹਨੂੰ ਆਪਾਂ ਐਵੇਂ ਛਿੱਲ ਲਾਂਗੇ। ਇੱਕ ਮੈਨੂੰ ਅੰਬ ਦੇ ਚਾਰ 'ਤੇ ਮੈਸੇਜ ਆਇਆ ਸੀ ਕਿ ਅੰਬ ਦੇ ਚਾਰ ਵਿੱਚ ਚੀਨੀ ਵੀ ਪੈਂਦੀ ਹੈ। ਕੁਛ ਲੋਕ ਕਹਿੰਦੇ ਮੈਂ ਚੀਨੀ ਵੀ ਪਾਉਂਦੇ, ਉਹ ਚੀਨੀ ਪਾਉਂਦੇ ਤੁਸੀਂ ਖਾਧਾ ਖਾਧਾ ਹੋਏਗਾ, ਮਿੱਠਾ ਚਾਰ ਹੁੰਦਾ ਹੈ, ਠੀਕ ਹੈ। ਮਿੱਠੇ ਚਾਰ ਦੀ ਵੀਡੀਓ ਵੀ ਮੈਂ ਹੁਣ ਬਹੁਤ ਜਲਦੀ ਅਪਲੋਡ ਕਰਨ ਵਾਲੀ ਹਾਂ। ਅਤੇ ਐਵੇਂ ਇਹਨੂੰ ਛਿੱਲ ਲਈਦਾ, ਠੀਕ ਹੈ। ਇਹਨੂੰ ਮੈਂ ਵਾਸ਼ ਕਰ ਚੁੱਕੀ ਹਾਂ ਅਤੇ ਇਹਦੇ ਐਵੇਂ ਕਰਕੇ ਚਾਰ ਹਿੱਸੇ ਕਰ ਲਾਂਗੇ ਆਪਾਂ, ਠੀਕ ਹੈ। ਲਓ ਜੀ, ਚਾਰ ਹਿੱਸੇ ਹੋ ਗਏ। ਹੁਣ ਮੈਂ ਇਹਨੂੰ ਇਹਦੇ ਵਿੱਚ ਰੱਖ ਲਾਂਗੀ। ਪਰਵਲ ਜਿਹੜੀ ਪਰਵਲ ਹੈ ਕਿਲੋ ਲੈ ਰਹੀ ਹਾਂ ਮੈਂ। ਪਰਵਲ ਦੀ ਸਬਜ਼ੀ ਜਿਹੜੀ ਬਹੁਤ ਸਵਾਦ ਬਣਦੀ ਹੈ ਅਤੇ ਹੈਲਥ ਵਾਸਤੇ ਵੀ ਬਹੁਤ ਅੱਛੀ ਹੁੰਦੀ ਹੈ। ਤਿੰਨ ਪਿਆਜ਼ ਲੈ ਰਹੀ ਹਾਂ ਮੈਂ, ਇਹਨਾਂ ਲੰਬੇ ਲੰਬੇ ਕੱਟ ਲਏ। ਮਿਰਚਾਂ ਵੀ ਲੰਬੀਆਂ ਲੰਬੀਆਂ ਕੱਟ ਲਈਆਂ ਨੇ, ਦੇਖੋ। ਕੜਾਹੀ ਚੜਾਤੀ ਹੈ ਅਤੇ ਤੇਲ ਪਾ ਰਹੀ ਹਾਂ ਮੈਂ। ਆਪਾਂ ਇਹਨੂੰ ਡੀਪ ਫਰਾਈ ਕਰਨਾ। ਰਾਈਸ ਬ੍ਰੈਨ ਆਇਲ ਹੈ, ਸਰ੍ਹੋਂ ਦਾ ਤੇਲ ਵੀ ਤੁਸੀਂ ਲੈ ਸਕਦੇ ਹੋ, ਬਾਕੀ ਤੁਹਾਡੀ ਮਰਜ਼ੀ, ਜਿਹੜਾ ਤੇਲ ਤੁਸੀਂ ਲੈਣਾ ਹੈ ਉਹ ਲੈ ਸਕਦੇ ਹੋ। ਤੇਲ ਨੂੰ ਅੱਛੀ ਤਰ੍ਹਾਂ ਆਪਾਂ ਪੱਕਣ ਦਵਾਂਗੇ। ਤੇਲ ਗਰਮ ਹੋ ਚੁੱਕਿਆ, ਹੁਣ ਪਰਵਲ ਹੈ ਪਾ ਰਹੀ ਹਾਂ ਮੈਂ ਤਲਣ ਵਾਸਤੇ। ਕੇ ਇੰਨੇ ਸਵਾਦ ਬਣਦੇ ਨਾ, ਤੁਸੀਂ ਕਦੀ ਬਣਾ ਕੇ ਵੇਖਿਓ। ਜਦ ਤੁਸੀਂ ਮੇਰੀ ਵੀਡੀਓ ਵੇਖੋ ਕਹਿਣਾ ਬਿਲਕੁਲ ਮੇਰੇ ਸਟਾਈਲ ਨਾਲ ਬਣਾ ਕੇ ਵੇਖਣਾ, ਬਹੁਤ ਸਵਾਦ ਬਣਦੇ ਆ। ਅੱਜ ਕੱਲ੍ਹ ਵੈਸੇ ਵੀ ਸਾਉਣ ਦਾ ਮਹੀਨਾ ਚੱਲਦਾ, ਸਾਉਣ ਦੇ ਮਹੀਨੇ ਵਿੱਚ ਪਰਵਲ ਬਣੇ ਹੋਣ, ਨਾਲ ਹੋਵੇ ਲੱਸੀ ਅਤੇ ਨਾਲ ਹੋਵੇ ਤੰਦੂਰ ਦੀ ਰੋਟੀ। ਤੰਦੂਰ ਦੀ ਰੋਟੀ ਮੈਂ ਵੀਡੀਓ ਪਾਈ ਹੋਈ ਹੈ, ਦੋ ਸਟਾਈਲ ਵਿੱਚ ਪਾਈ ਹੋਈ ਹੈ। ਜਿਵੇਂ ਤੰਦੂਰ ਨਹੀਂ ਹੈਗਾ ਘਰੇ, ਅਤੇ ਤੰਦੂਰ ਦੇ ਤੰਦੂਰ ਦੀ ਰੋਟੀ ਦਾ ਆਪਾਂ ਮਜ਼ਾ ਕਿਸ ਤਰ੍ਹਾਂ ਲੈ ਸਕਦੇ ਹਾਂ, ਉਹ ਵੀ ਹੈਗਾ ਕਿ ਜਿਵੇਂ ਸ਼ਹਿਰ ਵਿੱਚ ਤੰਦੂਰ ਨਹੀਂ ਹੁੰਦੇ ਹੈਗੇ, ਆਪਾਂ ਗੈਸ 'ਤੇ ਤੰਦੂਰ ਦੀ ਰੋਟੀ ਦਾ ਮਜ਼ਾ ਕਿਵੇਂ ਲਵਾਂਗੇ। ਉਹਦਾ ਲਿੰਕ ਵੀ ਮੈਂ ਇਹਦੇ ਵਿੱਚ ਡਿਸਕ੍ਰਿਪਸ਼ਨ ਬੋਕਸ ਵਿੱਚ ਪਾ ਦਾਂਗੀ। ਅਤੇ ਜਿਹੜੀ ਦੂਸਰੀ ਤੰਦੂਰ ਦੀ ਵੀਡੀਓ ਹੈ ਜਿਹੜੀ ਅਸੀਂ ਉੱਥੇ ਪਿੰਡੇ ਸ਼ੂਟ ਕੀਤੀ ਸੀ, ਅਤੇ ਉਹ ਵੀ ਮੈਂ ਤੁਹਾਨੂੰ ਦੱਸ ਦਾਂਗੀ। ਜਿਹਨਾਂ ਕੋਲ ਤੰਦੂਰ ਹੈਗਾ, ਜਿਹੜਾ ਤੰਦੂਰ 'ਤੇ ਲਾਉਣੀ ਆਉਂਦੀ ਰੋਟੀ, ਉਹ ਵੀ ਦੱਸ ਦਾਂਗੇ ਕਿਸ ਤਰ੍ਹਾਂ। ਉਹਦੇ ਵਿੱਚ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਤੰਦੂਰ 'ਤੇ ਰੋਟੀ ਲਾਈ ਦੇ, ਨਾਲੇ ਗੱਲਾਂ ਦਾ ਵੀ ਮਜ਼ਾ ਲਿਆ, ਉਹਦੇ ਵਿੱਚ ਗੱਲਾਂ ਵੀ ਬਹੁਤ ਵਧੀਆ ਵਧੀਆ ਕਰਦੇ ਪਏ ਆ। ਅਤੇ ਇਹਨਾਂ ਨੂੰ ਵਧੀਆ ਤਰ੍ਹਾਂ ਜਿਹੜਾ ਵਧੀਆ ਤਰ੍ਹਾਂ ਫਰਾਈ ਕਰਨਾ। ਕੱਲ੍ਹ ਨਾ ਮੇਰਾ ਕਾਫੀ ਮੂਡ ਖਰਾਬ ਸੀ ਅਤੇ ਮੈਂ ਢਾਡੀ ਦੀਵਾਰ ਨੂੰ ਬਹੁਤ ਪਸੰਦ ਕਰਦੀ ਹਾਂ। ਜੋ ਮੈਂ ਮੇਰਾ ਮੂਡ ਖਰਾਬ ਹੁੰਦਾ ਨਾ, ਅਤੇ ਮੈਂ ਢਾਡੀ ਦੀਵਾਰ ਸੁਣਦੀ ਹਾਂ ਅਤੇ ਮੈਂ ਮੂਡ ਸੈੱਟ ਹੋ ਜਾਂਦਾ। ਕਿਉਂਕਿ ਜਦੋਂ ਏਕਮ ਵੀ ਆਉਣ ਵਾਲਾ ਸੀ ਨਾ, ਅਤੇ ਉਦੋਂ ਵੀ ਮੈਂ ਢਾਡੀ ਦੀ ਆਵਾਜ਼ ਸੁਣਦੀ ਹੁੰਦੀ ਹਾਂ, ਅਤੇ ਸਾਨੂੰ ਦੋਨੋਂ ਮਾਂ ਪਿਤਾ ਨੂੰ ਢਾਡੀ ਦੀ ਆਵਾਜ਼ ਬਹੁਤ ਪਸੰਦ ਨੇ। ਅਤੇ ਕੱਲ੍ਹ ਸੁਣਦੀ ਪਈ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ਸਾਰਾ ਪਤਾ ਹੈ, ਪਰ ਫਿਰ ਵੀ ਉਹ ਜੋ ਢਾਡੀ ਦੀ ਢਾਡੀ ਜੋ ਗਾਉਂਦੇ ਨੇ ਉਹ ਇੰਨਾ ਵਧੀਆ ਲੱਗਦਾ ਹੈ ਨਾ। ਅਤੇ ਕੁਛ ਚੀਜ਼ਾਂ ਮੈਨੂੰ ਨਹੀਂ ਪਤਾ ਸੀ ਕਿ ਜਿਹੜਾ ਛੱਜੂ ਝੀਮਰ ਸੀ, ਜਿਹਦੇ ਕੋਲ ਗੁਰੂ ਜੀ ਨੇ ਗੀਤਾ ਦੇ ਅਰਥ ਕਰਵਾਏ ਸੀ, ਉਹਨਾਂ ਦੇ ਜਿਹੜੇ ਵੰਸ਼ ਸੀ ਉਹਨਾਂ ਨੂੰ ਨਾਮ ਦੀ ਦਾਤ ਦੇ ਕੇ, ਫਿਰ ਉਹਨਾਂ ਦੇ ਜਿਹੜੇ ਵੰਸ਼ ਸੀ ਨਾ ਉਹਨਾਂ ਵਿੱਚੋਂ ਉਹ ਵੀ ਜਿਵੇਂ ਗੁਰੂ ਘਰ ਨੂੰ ਪਿਆਰ ਕਰਦੇ ਰਹੇ, ਫਿਰ ਉਹਨਾਂ ਦੇ ਘਰ ਜਿਹੜੇ ਭਾਈ ਹਿੰਮਤ ਸਿੰਘ ਜੀ, ਜਿਹੜੇ ਪੰਜ ਪਿਆਰੇ ਪਹਿਲੇ ਸਾਜੇ ਗਏ ਨੇ, ਉਹਨਾਂ ਵਿੱਚ ਭਾਈ ਹਿੰਮਤ ਸਿੰਘ ਜੀ ਉਹਨਾਂ ਦੇ ਵੰਸ਼ ਸੀ। ਅਤੇ ਮੈਨੂੰ ਵੀ ਕੱਲ੍ਹ ਪਤਾ ਲੱਗਾ ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਦੇਖੋ
ਗੁਰੂ ਮਹਾਰਾਜ ਕਿਤਰਾ ਮਿਹਰ ਕਰਦੇ ਨੇ, ਕਿਵੇਂ ਕਿਵੇਂ ਪੀੜ੍ਹੀਆਂ ਚੱਲਦੀਆਂ ਨੇ ਅਤੇ ਕਿਵੇਂ ਪਰਮਾਤਮਾ ਦੀ ਮਿਹਰ ਬਣੀ ਰਹਿੰਦੀ ਹੈ। ਅਤੇ ਨਾਮ ਨਾਲ ਜੁੜੋ, ਨਾਮ ਵਿੱਚ ਹੀ ਸਾਰਾ ਕੁਛ ਹੈ, ਕਿਉਂਕਿ ਜਿਹੜੀ ਸ੍ਰਿਸ਼ਟੀ ਹੈ ਸਾਰੀ ਉਹਨੇ ਸਾਜੀ ਹੈ। ਸਾਨੂੰ ਮਨੁੱਖ ਜਨਮ ਕਿਉਂ ਮਿਲਿਆ? ਸਿਰਫ ਨਾਮ ਜਪਣ ਵਾਸਤੇ। ਨਾਮ ਜਪਾਂਗੇ ਤਾਂ ਸਾਡਾ ਕੋਈ ਪਾਰ ਉਤਾਰਾ ਹੋ ਜਾਏਗਾ, ਨਹੀਂ ਤਾਂ ਇੱਥੇ ਉਹੀ 84 ਦੇ ਗੇੜੇ 'ਚ ਲਟਕੇ ਰਵਾਂਗੇ, 84 'ਚ ਘੁੰਮਦੇ ਰਵਾਂਗੇ। ਅਤੇ ਇਸ ਕਰਕੇ ਨਾਮ ਜਪਿਆ ਕਰੋ, ਪਾਠ ਕਰਿਆ ਕਰੋ, ਬਾਣੀ ਸੁਣਿਆ ਕਰੋ। ਕਹਿੰਦਾ ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਕਰੋ। ਬਾਣੀ ਪੜ੍ਹਨ ਦਾ ਅਤੇ ਸੁਣਨ ਦਾ ਸੇਮ ਹੀ ਫਲ ਹੈ। ਜੇ ਤੁਸੀਂ ਧਿਆਨ ਲਾ ਕੇ ਬਾਣੀ ਵੀ ਸੁਣ ਲਓ ਨਾ, ਤਾਂ ਉਹ ਵੀ ਬਹੁਤ ਵਧੀਆ। ਇੱਕ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਉਣੀ ਆ। ਇੱਕ ਨਾ ਸਰਦਾਰ ਸੀ, ਅਤੇ ਉਹ ਮਤਲਬ ਕਿ ਗਿਆ ਉੱਥੇ ਜਿੱਥੇ ਮਜ਼ਦੂਰ ਖੜ੍ਹੇ ਹੁੰਦੇ ਨਾ ਚੌਂਕ 'ਤੇ, ਉਹ ਦੋ ਮਜ਼ਦੂਰਾਂ ਨੂੰ ਲੈ ਆਇਆ ਹੈ। ਅਤੇ ਕਹਿੰਦਾ ਤੁਸੀਂ ਨਾ ਵੀ ਕਹਿੰਦੇ ਵੀ ਸਰਦਾਰ ਜੀ ਦੱਸੋ ਕੀ ਕੰਮ ਕਰਾਉਣਾ ਹੈ। ਕਹਿੰਦਾ ਜੀ ਕੰਮ ਨਹੀਂ ਕੋਈ ਕਰਾਉਣਾ ਹੈਗਾ, ਅਤੇ ਤੁਸੀਂ ਪਹਿਲਾਂ ਲੰਗਰ ਪਾਣੀ ਛਕੋ, ਚਾਹ ਪਾਣੀ ਪੀਓ, ਫਿਰ ਉਸ ਤੋਂ ਬਾਅਦ ਤੁਹਾਨੂੰ ਕੰਮ ਦੱਸਦਾ ਮੈਂ। ਹਾਂ, ਚਾਹ ਪਾਣੀ ਛਕਾਇਆ, ਲੰਗਰ ਛਕਾਇਆ, ਫਿਰ ਉਸ ਤੋਂ ਬਾਅਦ ਕਹਿੰਦੇ ਸਰਦਾਰ ਜੀ ਹੁਣ ਦੱਸੋ, ਤਾਂ ਇੱਥੇ ਕੰਸਟਰਕਸ਼ਨ ਦਾ ਤਾਂ ਕੋਈ ਕੰਮ ਨਹੀਂ ਲੱਗਦਾ ਪਿਆ ਹੈਗਾ, ਤੁਸੀਂ ਦੱਸੋ ਕਰਨਾ ਕੀ ਹੈ। ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਦਿਹਾੜੀ ਕਿੰਨੀ ਮਿਲਦੀ ਹੈ? ਉਹ ਕਹਿਣ ਲੱਗੇ ਵੀ ਸਾਨੂੰ 500 ਰੁਪਏ ਦੀ ਦਿਹਾੜੀ ਮਿਲਦੀ ਹੈ। ਅਤੇ ਕਹਿੰਦਾ ਮੈਂ ਤੁਹਾਨੂੰ 1000 ਰੁਪਏ ਦਿਹਾੜੀ ਦੇਵਾਂਗਾ। ਕਹਿੰਦਾ ਦੱਸੋ ਕੰਮ ਕੀ ਹੈ? ਕਹਿੰਦਾ ਇਹ ਨਾ ਸਾਡਾ ਵੀ ਉਹਨੇ ਜਿੱਥੇ ਆਪਣਾ ਬਹਿ ਕੇ ਇੱਕ ਕਮਰਾ ਦੇ ਦਿੱਤਾ, ਕਹਿੰਦਾ ਇੱਥੇ ਬਹਿ ਕੇ ਨਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਨਾ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ। ਜਿਵੇਂ ਉਹ ਥੱਲੇ ਉਹਨਾਂ ਨੇ ਉਸਨੇ ਘਰ ਵਿੱਚ ਪ੍ਰਕਾਸ਼ ਕੀਤਾ ਹੋਇਆ ਗੁਰੂ ਸਾਹਿਬ ਜੀ ਦਾ, ਅਤੇ ਕਹਿੰਦਾ ਇਸ ਕਮਰੇ ਵਿੱਚ ਬਹਿ ਕੇ ਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ ਸਾਰਾ ਦਿਨ, ਹੈ। ਕਹਿੰਦੇ ਜੀ ਠੀਕ ਹੈ, ਤਾਂ ਬਹੁਤ ਸੌਖ ਕੰਮ ਹੈ। ਅਤੇ ਉਹ ਕਹਿੰਦੇ ਇਹ ਐਵੇਂ ਦਾ, ਕਹਿੰਦੇ ਐਵੇਂ ਦਾ ਕੰਮ ਤਾਂ ਆਪਾਂ ਨੂੰ ਰੋਜ਼ ਮਿਲ ਜਾਏ, ਕਹਿੰਦੇ ਤਾਂ ਬਹੁਤ ਵਧੀਆ, 1000 ਰੁਪਏ ਦਿਹਾੜੀ ਬਣ ਜਾਏਗੀ, ਹੈ। ਅਤੇ ਉਹ ਕਹਿੰਦੇ ਚਲੋ ਜੀ ਠੀਕ ਹੈ, ਹੈ। ਅਤੇ ਉਹ ਸਰਦਾਰ ਸੀ, ਉਹਨੂੰ ਤਾਂ ਅਭਿਆਸ ਹੋਇਆ ਸੀ, ਉਹ ਸਵੇਰ ਤੋਂ ਸ਼ਾਮ ਤੱਕ ਉਹ ਬੋਲ ਸਕਦਾ ਸੀ, ਕੋਈ ਦਿੱਕਤ ਨਹੀਂ ਸੀ ਉਹਨੂੰ। ਕਿਉਂਕਿ ਜਿਹਨਾਂ ਨੂੰ ਗੁਰੂ ਦੇ ਨਾਲ ਪਿਆਰ ਹੋ ਜਾਂਦਾ ਨਾ, ਤਾਂ ਫਿਰ ਨਾਮ ਜਪਣ ਵਿੱਚ ਬਹੁਤ ਮਜ਼ਾ ਆਉਂਦਾ ਹੈ। ਅਤੇ ਜੋ ਪਾਠ ਖਤਮ ਹੋਣ ਵਾਲਾ ਹੁੰਦਾ ਜਾਂ ਫਿਰ ਸਿਮਰਨਾ ਖਤਮ ਹੋਣ ਵਾਲਾ ਹੁੰਦਾ, ਉਸ ਤੋਂ ਬਾਅਦ ਹੁੰਦਾ ਹੈ ਹਾਏ ਜਲਦੀ ਖਤਮ ਹੋਣ ਵਾਲਾ ਹੈ, ਤਾਂ ਜ਼ਿਆਦਾ ਟਾਈਮ ਹੋਰ ਮਿਲ ਜਾਂਦਾ, 5-10 ਮਿੰਟ ਹੋਰ ਮਿਲ ਜਾਂਦੇ, ਹੋਰ ਵੀ ਨਜ਼ਾਰਾ ਆਉਂਦਾ ਨਾ, ਹੋਰ ਵੀ ਆਨੰਦ ਆਉਂਦਾ। ਪਰ ਉਹ ਜਿਹੜੇ ਸੀ ਨਾ ਮਜ਼ਦੂਰ, ਉਹਨਾਂ ਨੇ ਨਾ ਸਿਰਫ 1/2 ਘੰਟਾ ਕੀਤਾ, ਹੈ। ਕਹਿੰਦੇ ਸਰਦਾਰ ਜੀ 2 ਮਿੰਟ ਖੜ੍ਹੇ ਹੋ ਜਾਏ, ਵੀ ਹਮਾਰੀ ਕਮਰ ਮੇਂ ਦਰਦ ਹੋ ਰਹੀ ਹੈ। ਅਤੇ ਕਹਿੰਦੇ ਜੀ ਕੋਈ ਗੱਲ ਨਹੀਂ, ਖੜ੍ਹੇ ਹੋ ਜਾਓ, ਹੈ। ਫਿਰ ਉਸ ਤੋਂ ਬਾਅਦ ਜੋ ਘੰਟਾ ਹੋ ਗਿਆ ਨਾ, ਕਹਿੰਦੇ ਇਹਦੇ ਨਾਲ ਚੰਗਾ ਇੱਟਾਂ ਚੱਕ ਲੈਂਦੇ ਸੀ, ਉਹ ਵਧੀਆ ਸੀ। ਕਹਿੰਦੇ ਇਹ ਤਾਂ ਬਹੁਤ ਔਖਾ ਕੰਮ ਹੈ। ਕਹਿੰਦਾ ਸਰਦਾਰ ਜੀ, ਕਹਿੰਦੇ ਭਾਵੇਂ 1000 ਰੁਪਏ ਤੁਸੀਂ ਹੁਣ ਸਾਡੇ ਕੋਲ ਲੈ ਲਓ, ਪਰ ਸਾਨੂੰ ਉੱਥੇ ਛੱਡ ਕੇ ਆਓ। ਮੈਂ ਤੁਹਾਨੂੰ ਇੱਕ ਗੱਲ ਤਾਂ ਸੁਣਾਈ ਹੈ, ਵੀ ਜਿਵੇਂ ਜਿਹੜੇ ਨਾਮ ਨਹੀਂ ਜਪਦੇ ਹੈਗੇ, ਉਹਨਾਂ ਨੂੰ ਬੜਾ ਔਖਾ ਲੱਗਦਾ। ਜਿਵੇਂ ਆਪਾਂ TV 'ਤੇ ਵੀ ਲਾ ਲਈਏ, ਕਥਾ ਚੱਲਦੀ ਪਈ ਹੈ, ਆਪਾਂ ਸੁਣਦੇ ਹੋਈਏ, ਆਪਾਂ ਨੂੰ ਤਾਂ ਆਨੰਦ ਆਉਂਦਾ, ਦੂਸਰਾ ਬੰਦਾ ਇਰੀਟੇਟ ਹੁੰਦਾ ਹੋਏਗਾ, ਉਹ ਕਹੇਗਾ ਯਾਰ ਚੇਂਜ ਕਰ ਦੇ, ਕੁਛ ਹੋਰ ਲਗਾ ਲਾ, ਕੋਈ ਨਾਟਕ ਲਗਾ ਲਾ, ਕੋਈ ਗਾਣੇ ਲਗਾ ਲਾ। ਪਰ ਜਿਹਨੂੰ ਗੁਰੂ ਦੇ ਨਾਲ ਪਿਆਰ ਹੈ ਨਾ, ਉਹ ਫਿਰ ਉਹਦੇ ਵਿੱਚ ਗਵਾਚ ਜਾਂਦਾ, ਉਹ ਉਸ ਚੀਜ਼ ਨੂੰ ਇਮੈਜਿਨ ਕਰਦਾ ਕਿ ਜਿਵੇਂ ਗੁਰੂ ਜੀ ਖੜ੍ਹੇ ਹੋਏ ਨੇ, ਗੁਰੂ ਜੀ ਦਾ ਹੁਣ ਇਹ ਕਰਦੇ ਪਏ ਨੇ। ਜਦ ਮੈਂ ਵੀ ਕਥਾ ਵਿੱਚ ਕਥਾ ਸੁਣਦੀ ਨਾ, ਮੈਂ ਕਥਾ ਸੁਣਦੇ ਸੁਣਦੇ ਨਾ ਗਵਾਚ ਜਾਂਦੀ ਹਾਂ ਉਹਦੇ ਵਿੱਚ, ਮੈਂ ਇਮੈਜਿਨ ਕਰਨ ਲੱਗ ਜਾਂਦੀ ਹਾਂ ਕਿ ਹਾਂ ਇਸ ਟਾਈਮ ਜਿਵੇਂ ਇੱਕ ਸੀ ਗੁਰੂ ਸਾਹਿਬ ਜੀ ਕੇਸਾਰੇ ਕਰਦੇ ਹੁੰਦੇ ਨੇ, ਅਤੇ ਜਿਵੇਂ ਕੁਛ ਇੱਕ ਲੋਕਾਂ ਨੂੰ ਸਮਝ ਨਹੀਂ ਆਉਂਦਾ ਕੇਸਾਰੇ ਕਰਨ ਦਾ ਮਤਲਬ, ਕੇਸ ਸੁਖਾਉਂਦੇ ਪਏ ਸੀ, ਅਤੇ ਉਹ ਮੈਂ ਖੁਦ ਇਮੈਜਿਨ ਕਰਨ ਲੱਗ ਜਾਂਦੀ ਕਿ ਹਾਂ ਉਸ ਟਾਈਮ ਗੁਰੂ ਜੀ ਖੜ੍ਹੇ ਹੋਣਗੇ, ਐਵੇਂ ਸੁਖਾਉਂਦੇ ਹੋਣਗੇ ਕੇਸ, ਹੈ ਨਾ, ਅਤੇ ਕਿੰਨਾ ਵਧੀਆ ਲੱਗਦਾ ਹੋਏਗਾ, ਕਿੰਨਾ ਆਨੰਦ ਆਉਂਦਾ ਹੋਏਗਾ। ਅਤੇ ਜੋ ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਵੇਂ ਤੁਸੀਂ ਜਿਹਦੇ ਨਾਲ ਵੀ ਪਿਆਰ ਕਰੋਗੇ ਨਾ, ਤਾਂ ਉਹ ਤੁਹਾਡੀ ਗੱਲ ਮੰਨਣ ਵਾਸਤੇ ਮਜਬੂਰ ਹੋ ਜਾਂਦਾ ਹੈ। ਜਿਵੇਂ ਹੁਣ ਆਪਾਂ ਬੱਚਾ ਹੈ, ਅਤੇ ਬੱਚੇ ਨਾਲ ਅਸੀਂ ਪਿਆਰ ਕਰਦੇ ਹਾਂ, ਅਤੇ ਬੱਚੇ ਦੀ ਗੱਲ ਜਿਹੜੀ ਹੈ ਜਾਇਜ਼ ਨਜਾਇਜ਼ ਸਾਨੂੰ ਸਾਰੀਆਂ ਮੰਨੀਆਂ ਪੈਂਦੀਆਂ, ਕਿਉਂਕਿ ਸਾਡੀ ਕਮਜ਼ੋਰੀ ਹੈ ਉਹ। ਅਤੇ ਜੋ ਆਪਾਂ ਗੁਰੂ ਸਾਹਿਬ ਜੀ ਨਾਲ ਪਿਆਰ ਕਰਾਂਗੇ ਨਾ, ਅਤੇ ਗੁਰੂ ਸਾਹਿਬ ਜੀ ਵੀ ਸਾਡੀ ਹਰ ਪਲੱਸ ਮਾਈਨਸ ਜੋ ਵੀ ਹੋਏਗਾ ਉਹ ਮੰਨਣਗੇ, ਕਿਉਂਕਿ ਉਸ ਉਹਨਾਂ ਨੂੰ ਪਤਾ ਹੈ ਕਿ ਮੇਰਾ ਬੱਚਾ ਮੇਰੇ ਨਾਲ ਹੀ ਪਿਆਰ ਕਰਦਾ, ਅਤੇ ਇਹਨੇ ਕਿਧਰੇ ਹੋਰ ਨਹੀਂ ਜਾਣਾ ਹੈਗਾ ਕਿਧਰੇ ਵੀ ਮੰਗਣ ਵਾਸਤੇ। ਕਿਉਂਕਿ ਆਪਾਂ ਇਹੀ ਵੇਖ ਲਓ ਕਿ ਚਾਚੇ ਤਾਏ ਹੁੰਦੇ ਨੇ ਜਾਂ ਕੋਈ ਵੀ ਰਿਸ਼ਤਾ ਲਗਾ ਲਓ ਤੁਸੀਂ, ਆਪਾਂ ਸਿਰਫ ਆਪਣੇ ਮਾਂ ਪਿਓ ਤੋਂ ਹੱਕ ਨਾ ਮੰਗ ਸਕਦੇ ਹਾਂ ਕਿ ਮੰਮੀ ਜਾਂ ਡੈਡੀ ਸਾਨੂੰ ਇਹ ਚਾਹੀਦਾ ਹੈ। ਆਪਾਂ ਕਦੀ ਚਾਚੇ ਤਾਏ ਨੂੰ ਜਾ ਕੇ ਇਹ ਨਹੀਂ ਕਹਿ ਸਕਦੇ ਵੀ ਚਾਚਾ ਸਾਨੂੰ ਇਹ ਚਾਹੀਦਾ ਜਾਂ ਤਾਇਆ ਸਾਨੂੰ ਇਹ ਚਾਹੀਦਾ। ਬਹੁਤ ਘੱਟ ਫੈਮਿਲੀਜ਼ ਨੇ ਜਿਹਨਾਂ ਵਿੱਚ ਹਾਂ ਚਾਚੇ ਤਾਏ ਜਾਂ ਮਾਸੇ ਮਾਸੀਆਂ
ਮਾਸੀਆਂ ਜਾਂ ਮਾਮੇ ਬਹੁਤ ਕਰਦੇ ਨੇ, ਕਹਿ ਇਹ ਨਹੀਂ ਮੈਂ ਕਹਿੰਦੀ ਕਿ ਕਰਦੇ ਨਹੀਂ ਹੈਗੇ, ਬਹੁਤ ਜ਼ਿਆਦਾ ਕਰਦੇ ਨੇ ਕਈ ਤਾਂ, ਪਰ ਕੁਛ ਇੱਕ ਲੋਕ ਹੁੰਦੇ ਨੇ ਉਹ ਨਹੀਂ ਕਰਦੇ ਹੈਗੇ। ਅਤੇ ਇਸ ਕਰਕੇ ਜਿਹੜਾ ਆਪਣਾ ਜਿਹੜਾ ਗੁਰੂ ਘਰ ਹੈ ਨਾ, ਗੁਰੂ ਘਰ ਵਿੱਚ ਇੰਨੀਆਂ ਅਰਦਾਸਾਂ ਨੇ ਨਾ, ਗੁਰੂ ਜੀ ਕਹਿੰਦੇ ਤੁਹਾਨੂੰ ਮੰਗਣ ਦਾ ਢੰਗ ਆਉਣਾ ਚਾਹੀਦਾ, ਅਰਦਾਸ ਦਾ ਢੰਗ ਆਉਣਾ ਚਾਹੀਦਾ। ਅਰਦਾਸ ਵਿੱਚ ਇੰਨੀ ਸ਼ਕਤੀ ਹੈ ਨਾ, ਤੁਸੀਂ ਮੰਨੋਗੇ ਨਾ, ਅਰਦਾਸ ਤੁਸੀਂ ਸੱਚੇ ਦਿਲ ਨਾਲ ਕਰੋਗੇ ਨਾ, ਤਾਂ ਤੁਹਾਡੀ ਹਰ ਇੱਕ ਗੱਲ ਪੂਰੀ ਹੋਏਗੀ। ਕੁਛ ਇੱਕ ਉਹਨੇ ਉਹ ਇਰੀਟੇਟ ਹੁੰਦੇ ਨੇ ਜੋ ਮੈਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਕਰਦੀ ਹਾਂ। ਹੁਣ ਜਿਹੜੇ ਗੱਲਾਂ ਕਰਦੇ ਕਰਦੇ ਦੇਖੋ, ਪਰਵਲ ਵੀ ਜਿਹੜੇ ਅੱਛੀ ਤਰ੍ਹਾਂ ਪੱਕ ਚੁੱਕੇ ਨੇ, ਗੋਲਡਨ ਹੋ ਚੁੱਕੇ ਨੇ। ਹੁਣ ਜਿਹੜੇ ਬਾਕੀ ਦੇ ਪਰਵਲ ਸੀ ਉਹ ਵੀ ਮੈਂ ਤਲ ਚੁੱਕੀ ਹਾਂ। ਇਹਨਾਂ ਵਿੱਚ ਜ਼ਿਆਦਾ ਓਇਲ ਨਹੀਂ ਰਹਿੰਦਾ ਹੈਗਾ, ਜਿਵੇਂ ਆਪਾਂ ਛੱਡਾਂਗੇ ਇਹਨਾਂ ਨੂੰ ਤਾਂ ਬਿਲਕੁਲ ਓਇਲ ਛੱਡ ਦਿੰਦੇ ਨੇ ਇੱਥੇ, ਜਿਵੇਂ ਮੈਂ ਹੋਲਡ ਕਰਕੇ ਰੱਖਿਆ ਨਾ, ਬਿਲਕੁਲ ਓਇਲ ਛੱਡ ਦਿੰਦੇ ਨੇ। ਹੁਣ ਇਸ ਤੇਲ ਵਿੱਚ ਮੈਂ ਪਿਆਜ਼ ਅਤੇ ਹਰੀ ਮਿਰਚ ਕਰ ਲਵਾਂਗੀ, ਡੀਪ ਫਰਾਈ ਕਰ ਲਵਾਂਗੀ ਇਹਨਾਂ ਨੂੰ। ਹੁਣ ਪਿਆਜ਼ ਅਤੇ ਹਰੀ ਮਿਰਚ ਨੂੰ ਆਪਾਂ ਡੀਪ ਫਰਾਈ ਕਰ ਲਵਾਂਗੇ। ਜਿਵੇਂ ਤੁਹਾਡੀ ਲਾਈਫ ਵਿੱਚ ਕੋਈ ਐਸੀ ਸਿਚੁਏਸ਼ਨ ਆਏ ਕਿ ਜਿਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ, ਜੇ ਤੁਹਾਨੂੰ ਬਹੁਤ ਲੱਗ ਰਹੀ ਹੈ ਕਿ ਟਫ ਸਿਚੁਏਸ਼ਨ ਹੈ, ਅਤੇ ਉਸ ਟਾਈਮ ਨਾ ਸਿਰਫ ਤੁਸੀਂ ਇੱਕ ਹੀ ਸ਼ਬਦ ਗਾਇਓ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਜੀ ਡਿੱਠੇ ਸਭ ਦੁੱਖ ਜਾਏ। ਇਹ ਸ਼ਬਦ ਦੇ ਨਾ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਵਾਕ ਨੇ ਕਿ ਇਹ ਸ਼ਬਦ ਪੜ੍ਹਨ ਦੇ ਨਾਲ ਤੁਹਾਡੇ ਜ਼ਿੰਦਗੀ ਵਿੱਚ ਜਿੰਨਾ ਵੀ ਵੱਡਾ ਦੁੱਖ ਹੋਏਗਾ ਉਹ ਆਰਾਮ ਨਾਲ ਟਲ ਜਾਏਗਾ, ਅਤੇ ਮਹਾਰਾਜ ਦਾ ਹੱਥ ਤੁਹਾਡੇ ਸਿਰ 'ਤੇ ਹੋ ਜਾਏਗਾ। ਠੀਕ ਹੈ ਜੀ, ਹੁਣ ਆਪਾਂ ਪਿਆਜ਼ ਅਤੇ ਹਰੀ ਮਿਰਚ ਦੇ ਫਰਾਈ ਹੋਣ ਦੀ ਵੇਟ ਕਰਾਂਗੇ। ਪਿਆਜ਼ ਹੋ ਚੁੱਕੇ ਨੇ ਅਤੇ ਇਹਨਾਂ ਨੂੰ ਮੈਂ ਇਹਦੇ ਵਿੱਚ ਪਾ ਲਵਾਂਗੀ। ਪਿਆਜ਼ ਜਿਹੜੇ ਜ਼ਿਆਦਾ ਲਾਲ ਨਹੀਂ ਕਰਨੇ ਹੈਗੇ, ਹਲਕੇ ਗੁਲਾਬੀ ਹੋਣੇ ਚਾਹੀਦੇ ਆ। ਪਿਆਜ਼ ਵੀ ਹੋ ਚੁੱਕੇ ਨੇ ਅਤੇ ਪਰਵਲ ਵੀ ਹੋ ਚੁੱਕੇ ਨੇ, ਤਾਂ ਹੁਣ ਮੈਂ ਇਹਨਾਂ 'ਚ ਨਮਕ ਪਾ ਦਾਂਗੀ। ਡੇਢ ਚਮਚ ਮੈਂ ਨਮਕ ਪਾ ਰਹੀ ਹਾਂ ਅਤੇ ਅੱਧਾ ਚਮਚ ਮੈਂ ਹਲਦੀ ਪਾ ਦਾਂਗੀ, ਬਸ ਹੋਰ ਮਸਾਲਾ ਪਾਉਣ ਦੀ ਲੋੜ ਨਹੀਂ ਹੈਗੀ। ਅਤੇ ਨੂੰ ਆਪਾਂ ਹਲਕੇ ਹੱਥਾਂ ਨਾਲ ਮਿਲਾ ਲਾਂਗੇ। ਹੁਣ 5-10 ਮਿੰਟ ਸੇਕ ਲੱਗਣ ਦੇਵਾਂਗੀ ਇਹਨੂੰ ਮੈਂ, ਤਾਂ ਕਿ ਜਿਹੜਾ ਮਸਾਲਾ ਇਹਦੇ 'ਚ ਵਧੀਆ ਤਰ੍ਹਾਂ ਮਿਲ ਜਾਵੇ। ਹੁਣ ਆਪਾਂ ਇਹਨੂੰ ਟੱਕ ਪਕਾਵਾਂਗੇ। ਦੇਖ ਸਕਦੇ ਹੋ ਪਹਿਲਾਂ ਵਾਹਵਾ ਸਾਰੀ ਸਬਜ਼ੀ ਲੱਗਦੀ ਪਈ, ਉਹਨਾਂ ਦੇ ਜਮੀ ਥੋੜ੍ਹੀ ਜਿਹੀ ਲੱਗਦੀ ਪਈ ਹੈ, ਮਸਾਲੇ ਮਿਲਣ ਤੋਂ ਬਾਅਦ ਹੋਰ ਵੀ ਥੋੜ੍ਹੀ ਲੱਗੇਗੀ। ਪੰਜ ਮਿੰਟ ਹੋ ਚੁੱਕੇ ਨੇ, ਹੁਣ ਮੈਂ ਇੱਕ ਵਾਰੀ ਚੈੱਕ ਕਰਾਂਗੀ। ਆਹ ਦੇਖੋ ਮਸਾਲੇ ਜਿਹੜੇ ਵਧੀਆ ਤਰ੍ਹਾਂ ਮਿਲ ਚੁੱਕੇ ਨੇ, ਮੈਂ ਐਕਸਟਰਾ ਓਇਲ ਛੱਡਤਾ ਅਤੇ ਮੈਨੂੰ ਕਿਸੇ ਹੋਰ ਭਾਂਡੇ 'ਚ ਕੱਢ ਲਵਾਂਗੀ, ਓਇਲ ਜਿਹੜੇ ਨੀਚੋਂ ਕੱਢ ਦਾਂਗੇ। ਹੁਣ ਜਿਹੜੇ ਪਰਵਲ ਬਣ ਕੇ ਬਿਲਕੁਲ ਤਿਆਰ ਨੇ, ਇਹਨੂੰ ਪਰੌਂਠਾ ਨਾਲ ਵੀ ਖਾ ਸਕਦੇ ਹੋ ਅਤੇ ਸਿੰਪਲ ਰੋਟੀ ਨਾਲ ਵੀ, ਅਤੇ ਉਹ ਘਰਾਂ ਵਿੱਚ ਨਾਨ ਨੂਨ ਤਾਂ ਕਿੱਥੇ ਹੁੰਦੇ, ਪਰ ਨਾਨ ਨਾਲ ਵੀ ਖਾ ਸਕਦੇ ਹੋ। ਜੇ ਜਿਸ ਲੱਛੇ ਪਰਾਂਠੇ ਨਾਲ ਵੀ ਖਾਓ, ਬਹੁਤ ਸਵਾਦ ਲੱਗਣ ਵਾਲੇ। ਫਿਰ ਮੈਨੂੰ ਦੱਸਣਾ ਕਿ ਪਰਵਲ ਦੀ ਸਬਜ਼ੀ ਤੁਸੀਂ ਪਹਿਲੇ ਵੀ ਬਣਾਈ ਹੋਏਗੀ, ਪਰ ਹੁਣ ਜਿਹੜੀ ਪਰਵਲ ਦੀ ਸਬਜ਼ੀ ਬਣਾਈ ਅਤੇ ਕਿਸ ਤਰ੍ਹਾਂ ਦੀ ਬਣੀ। ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਔਰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ, ਵੀਡੀਓ ਓਪਨ ਕਰਦੇ ਸਾਰੀ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਕਰੋ, ਸ਼ੇਅਰ ਕਰੋ, ਨਾਲੇ ਕਮੈਂਟ ਕਰੋ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਜਦੋਂ ਤੁਸੀਂ ਪਰਵਲ ਦੀ ਸਬਜ਼ੀ ਮੇਰੇ ਸਟਾਈਲ ਨਾਲ ਟਰਾਈ ਕੀਤੀ ਅਤੇ ਕਿਸ ਤਰ੍ਹਾਂ ਦੀ ਬਣੀ, ਅਤੇ ਘਰ ਵਾਲਿਆਂ ਨੂੰ ਕਿੰਨੀ ਪਸੰਦ ਆਈ। ਜਿਹੜੇ ਮੇਰੇ ਵਿਊਵਰ ਹਾਲੇ ਤੱਕ ਮੈਨੂੰ ਵਿਊ ਹੀ ਦੇ ਰਹੇ ਨੇ, ਮੈਂ ਉਹਨਾਂ ਦੁਬਾਰਾ ਰਿਕੁਐਸਟ ਕਰਾਂਗੀ, ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਥੈਂਕ ਯੂ, ਲਵ ਯੂ, ਲਵ ਯੂ, ਬਾਏ ਬਾਏ, ਬਾਏ ਬਾਏ।